ਅਸਲ 'ਚ ਨਾ ਇਹ ਪੁਰਾਣੇ ਰਾਹ ਬਣੇ ਹੋਏ ਆ ਨਦੀਆਂ ਨੂੰ ਪਾਰ ਕਰਨ ਵਾਸਤੇ। ਅਸੀਂ ਖੜ੍ਹੇ ਹਾਂ ਟੈਲਿੰਗ ਪਿੰਡ ਕੋਲ, ਜਿਹੜਾ ਕੱਚੇ ਰਾਹ ਤੁਸੀਂ ਦੇਖ ਰਹੇ ਹੋ। ਇੱਥੋਂ ਤੋਂ ਅੱਗੇ ਆ ਕੇ ਗੱਡੀਆਂ ਨਹੀਂ ਜਾਂਦੀਆਂ, ਉਸ ਤੋਂ ਅੱਗੇ ਸਾਧਨ ਨਹੀਂ ਜਾਂਦੇ ਉਸ ਤੋਂ ਅੱਗੇ। ਅਤੇ ਉਸ ਤੋਂ ਅੱਗੇ ਜੋ ਹੈ ਟਰੈਕ ਜਿਹੜਾ ਹੈਗਾ ਪਿੰਨ ਪਾਰਕ ਦੇ ਟਰੈਕ, ਉਹ ਇਸ ਪਾਸੇ ਸ਼ੁਰੂ ਹੋ ਜਾਂਦਾ। ਇੱਕ ਨਿੱਕਾ ਸਕੂਲ ਵੀ ਹੈਗਾ ਥਾਣਾ, ਕਿਉਂਕਿ ਪਿੰਡ ਛੋਟਾ, ਇੱਥੇ ਬੱਚਿਆਂ ਦੀ ਗਿਣਤੀ ਵੀ ਘੱਟ ਆ। ਥਾਣਾ ਇਸ ਸਕੂਲ ਸਿਰਫ 3 ਜਾਂ 4 ਬੱਚੇ ਪੜ੍ਹਦੇ ਆ। ਇਹ ਹੈ ਜੀ ਪਿੰਨ ਵੈਲੀ ਨੈਸ਼ਨਲ ਪਾਰਕ, ਜਿਹੜੇ ਪਿੰਡ ਅਸੀਂ ਰਾਤੀ ਰੁਕੇ ਸੀ ਨਾ, ਉਸ ਪਿੰਡ ਸਿਰਫ ਇੱਕ ਆਹ ਹਿਮਾਚਲ ਰੋਡਵੇਜ਼ ਦੀ ਬੱਸ ਆਉਂਦੀ ਹੈ, ਇੱਕ ਸਵੇਰੇ 7 ਵਜੇ, ਜਿਹੜੀ ਕਿ ਜਾਂਦੀ ਹੈ ਕਾਜਾ ਦੀ ਤਰਫ, ਅਤੇ ਉਸ ਤੋਂ ਬਾਅਦ ਸ਼ਾਮ ਨੂੰ ਇਹੀ ਬੱਸ 6 ਵਜੇ ਕਾਜਾ ਪਹੁੰਚਦੀ ਹੈ। 6 ਵਜੇ ਵਾਪਸ ਕਾਜਾ ਤੋਂ ਇਸ ਪਿੰਡ ਪਹੁੰਚ ਜਾਂਦੀ ਹੈ। ਤਾਂ ਮਤਲਬ ਇਸ ਪਿੰਡ ਦਾ ਬਾਕੀ ਦੁਨੀਆ ਨਾਲ ਸੰਪਰਕ ਕਰਨ ਦਾ ਸਿਰਫ ਕੋਈ ਹੀ ਸਾਧਨ ਹੈ, ਜੋ ਇਹ ਬੱਸ ਜਾਂਦੀ ਹੈ। ਅਤੇ ਇਹ ਪਿੰਡ ਹੈ ਪੰਗਮਕ, ਜਿੱਥੇ ਅਸੀਂ ਰਾਤ ਰੁਕੇ ਸੀਗੇ। ਅਤੇ ਜਦੋਂ ਤੁਸੀਂ ਪਾਣੀ ਦੇ ਖੜਕੇ ਸੁਣਦੇ ਪਏ ਹੋ ਨਾ, ਇਹ ਹੈਗੀ ਪਿੰਨ ਨਦੀ, ਅਤੇ ਸਾਰੀ ਦੀ ਸਾਰੀ ਹੈਗੀ ਪਿੰਨ ਘਾਟੀ। ਇਹ ਜੋ ਸਾਡੇ ਹੋਮ ਸਟੇ ਦਾ ਜੋ ਮਾਲਕ ਸੀ, ਉਸਨੇ ਵੀ ਇਸ ਬੱਸ ਰਾਹੀਂ ਕਾਜਾ ਜਾਣਾ ਸੀਗਾ, ਅਤੇ ਉਹ ਇਸ ਬੱਸ ਰਾਹੀਂ ਅੱਗੇ ਆਪਣੀ ਮੰਜ਼ਿਲ ਕਾਜੇ ਤਰਫ ਮੂਵ ਕਰ ਗਿਆ। ਇਹ ਬਹੁਤ ਹੀ ਜ਼ਿਆਦਾ ਰਿਮੋਟ ਇਲਾਕਿਆਂ ਵਿੱਚ ਇੱਕ ਇਲਾਕਾ ਹੈ, ਛੋਟਾ ਜਿਹਾ ਪਿੰਡ ਹੈ ਜਿਹਦੀ ਜਨਸੰਖਿਆ ਲਗਭਗ 600 ਦੇ ਆਸ ਪਾਸ ਹੈ। ਇੱਕ ਛੋਟਾ ਸਕੂਲ ਉੱਥੇ ਬਣਿਆ ਹੋਇਆ, ਬਸ ਇਹਨਾਂ ਨੂੰ ਦੂਜੀਆਂ ਸੁਵਿਧਾਵਾਂ ਦੇ ਲਈ ਖੁਦ 'ਤੇ ਡਿਪੈਂਡ ਕਰਨਾ ਪੈਂਦਾ, ਖੁਦ ਐਫਰਟ ਕਰਨੇ ਪੈਂਦੇ ਆ। ਆ ਹੋ ਰਿਹਾ ਜਿੱਧਰ ਦੀ ਅਸੀਂ ਕੱਲ੍ਹ ਆਏ ਸੀ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਭਾਅ ਜੀ ਲੋਕ ਲੱਗੇ ਨੇ, ਚਾਬੀ ਉੱਛ ਰੱਖਦੀ ਹੋ ਗਲਾਸ 'ਚ? ਹਾਂ ਠੀਕ ਹੈ। ਅਸਲ 'ਚ ਕੀ ਹੋ ਰਿਹਾ, ਜਿਹੜੇ ਭਾਅ ਜੀ ਸੀਗੇ ਆਪਣੇ ਮਾਲਕ ਸੀਗੇ, ਤੁਹਾਨੂੰ ਪਹਿਲਾਂ ਗੱਲ ਕੀਤੀ, ਇੱਕ ਚਲੇ ਗਏ ਕਾਜ਼ਾ, ਉਹ ਚਾਬੀ ਸਾਨੂੰ ਫੜਾ ਗਏ, ਅਤੇ ਇੱਕ ਸੀਕਰਟ ਸਾਨੂੰ ਥਾਂ ਦੱਸ ਗਏ ਕਿ ਉੱਥੇ ਚਾਬੀ ਉੱਥੇ ਰੱਖਦੀ। ਉਸ ਸੀਕਰਟ ਥਾਂ 'ਤੇ ਚਾਬੀ ਰੱਖਤੀ ਭਾਅ ਜੀ ਨੇ, ਅਤੇ ਅਸੀਂ ਹੁਣ ਜਾਵਾਂਗੇ ਮੁੱਢ ਵਿਲੇਜ ਵੱਲ ਨੂੰ। ਸਾਨੂੰ ਮੁੱਢ ਪਿੰਡ ਅਖੀਰਲਾ ਪਿੰਡ ਹੈ ਇਸ ਵਾਲੇ ਪਾਸੇ, 13 ਕਿਲੋਮੀਟਰ ਦੂਰ ਪੈਂਦਾ ਉੱਥੋਂ। ਦੇਖਦੇ ਕੀ ਮਾਹੌਲ ਬਣਦਾ ਵੀ ਇੱਥੋਂ। ਇਹ ਸਾਰਾ ਸਮਾਨ ਅਸੀਂ ਆਪਣਾ ਉੱਥੇ ਰੱਖ ਚੱਲੇ ਹਾਂ, ਬਾਈਕ ਹਲਕੀ ਕਰਾ ਕੇ ਲੈ ਕੇ ਚੱਲਾਂਗੇ। ਅਤੇ ਹਾਲ ਸੜਕਾਂ ਦੇ ਇਹ ਆ ਵੀ ਇੱਥੋਂ, ਇਹ ਆਹ ਮਾਹੌਲ ਆ ਇਸ ਪਾਸੇ, ਕੱਚੀਆਂ ਸੜਕਾਂ ਇਸ ਪਾਸੇ, ਅਤੇ ਉਹੀ ਪਿੰਨ ਘਾਟੀ ਪਿੰਨ ਵੈਲੀ ਪਿੰਡ, ਅਤੇ ਸਾਡੇ ਬਾਈ ਜੀ ਵੀ ਆਹ ਸਾਡਾ ਹੋਮ ਸਟੇ ਸੀਗਾ ਜਿੱਥੇ ਅਸੀਂ ਰਾਤੀ ਰੁਕੇ ਸੀਗੇ। ਸਾਡੇ ਤੋਂ ਉਹਨਾਂ ਨੇ ਕੁੱਲ ਲਿਆ ਸੀਗਾ ਰਾਤ ਦਾ 1500 ਰੁਪਈਆ ਵਿਦ ਫੂਡ ਦੋ ਜਣੇ ਦਾ। ਹਾਂਜੀ ਭਰਾ ਜੀ, ਓਕੇ ਗੱਲਬਾਤ ਹੈ ਤੁਹਾਡੀ ਨਾਲ, ਜਿਪਲਾ ਤਾਂ ਖਰਾਬ ਹੋ ਗਈ ਖੁੱਲੀ, ਕੀ ਅੱਛਾ ਆਈ ਹੈ ਸੈੱਟ ਹੈ, ਹਾਂ ਹੇਠਾਂ ਭੁਲੇਖਾ ਪਾ ਦਿੰਦੀ ਪਹਿਲਾਂ। ਚਲੋ ਆਪਾਂ ਚੱਲੀਏ ਭਾਅ ਜੀ ਫਿਰ, ਖਰੀ ਤਿਆਰੀ? ਹਾਂ, ਇੱਥੋਂ ਤਕਰੀਬਨ 13 ਕਿਲੋਮੀਟਰ ਜਾਣਾ ਸੀ ਦੂਰ, ਇਹ ਵਾਲਾ ਰਾਹ ਸਾਡਾ ਹੋਊਗਾ ਇਸ ਪਾਸੇ ਹੋ ਕੇ ਉਸ ਪਿੰਡ ਵਾਲੇ ਪਾਸੇ, ਉੱਥੋਂ ਅਸੀਂ ਅਪ ਡਾਊਨ ਕਰਾਂਗੇ, ਦੇਖਦੇ ਹਾਂ ਕੀ ਬਣਦਾ ਮਾਹੌਲ ਵੀ। ਚਲੋ ਕਰੀਏ ਸਫ਼ਰ ਸ਼ੁਰੂ ਆਪਣਾ ਅਗਲਾ ਵੀ। ਆਪਣੇ ਠਿਕਾਣੇ ਸੰਗਨਮ ਪਿੰਡ ਤੋਂ ਤੁਰ ਪਏ, ਅਤੇ ਰਾਹ ਕੁਝ ਇਸ ਤਰ੍ਹਾਂ ਦਾ, ਜਦੋਂ ਮੀਂਹ ਪੈਂਦੇ ਹੋਣੇ ਸਾਰੇ ਥਾਵਾਂ ਭਰ ਜਾਂਦੇ ਹੋਣੇ ਉਦੋਂ।
ਕਹਿੰਦੇ ਨਾ ਜੋ ਅਸੀਂ ਗੱਲ ਕੀਤੀ ਸੀ ਬਾਈ ਨਾਲ ਜਿਨ੍ਹਾਂ ਦਾ ਹੋਮ ਸਟੇ ਸੀ, ਕਹਿੰਦੇ ਜਦੋਂ ਪਿਛਲੇ ਸਾਲ ਨਾ ਜੂਨ ਜੁਲਾਈ ਦੇ ਵਿੱਚ ਬਾਰਿਸ਼ਾਂ ਹੋਈਆਂ ਸੀਗੀਆਂ, ਤਾਂ ਜਿਹੜੇ ਪਿੰਡ ਦੇ ਤੁਸੀਂ ਹੁਣ ਖਾਲੀ ਖਾਲੀ ਦੇਖ ਰਹੇ ਹੋ ਇਹ ਪੂਰੀ ਭਰ ਗਈ ਸੀਗੀ। ਇੱਥੋਂ ਤੱਕ ਉਹਨਾਂ ਦੇ ਖੇਤ ਵੀ ਡੁੱਬ ਗਏ ਸੀ, ਉਦੋਂ ਇੰਨਾ ਜ਼ਿਆਦਾ ਉਸ ਟਾਈਮ ਮੀਂਹ ਪਿਆ ਸੀ। ਉਦੋਂ ਪਹਾੜਾਂ ਦੇ ਵਿੱਚ ਨਾ ਸੱਚ ਵਿੱਚ ਜ਼ਿੰਦਗੀ ਜੋ ਹੈਗੀ ਹੈ ਬਹੁਤ ਔਖੀ ਹੈ, ਹਾਰਡ ਲਾਈਫ ਹੈ ਇੱਥੇ। ਸਿਰਫ ਇੱਕ ਬੱਸ ਜਾਣੀ ਇੱਥੋਂ, ਉਹ ਵੀ ਸਿਰਫ ਕਾਜ਼ਾ ਵਾਸਤੇ। ਕਾਜ਼ਾ ਤੋਂ ਫਿਰ ਅੱਗੇ ਬੱਸ ਬਦਲਣੀ ਰਿਕੋਂਗਪਿਓ ਵਾਸਤੇ, ਫਿਰ ਰਿਕੋਂਗਪਿਓ ਤੋਂ ਸ਼ਿਮਲਾ ਜਾਣਾ ਵੀ ਟਫ ਆ ਬਹੁਤ ਜ਼ਿਆਦਾ। ਨਿੱਕੀਆਂ ਨਿੱਕੀਆਂ ਵਾਟਰ ਕਰੋਸਿੰਗ ਇਹ, ਕਿੰਨਾ ਸੋਹਣਾ ਦ੍ਰਿਸ਼ ਬਣਦਾ ਪਿਆ ਹੈ। ਪਿੰਨ ਨਦੀ ਦੀ ਸੋਹਣੀ ਸੋਹਣੀ ਘਾਟੀ ਅਤੇ ਉੱਪਰ ਬਰਫ਼ਾਂ ਲੱਦੇ ਪਹਾੜ ਵੀ ਜ਼ਬਰਦਸਤ। ਸਾਰੇ ਦਾ ਸਾਰਾ ਰਸਤਾ ਨਾ ਉਸ ਤਰ੍ਹਾਂ ਦਾ ਹੀ ਹੈ, ਕੱਚਾ ਰਾਹ ਇਸ ਟਾਈਮ। ਪਹਾੜਾਂ ਨੂੰ ਕੱਟ ਕੱਟ ਕੇ ਰਾਹ ਬਣਾਉਣ ਦੀ ਕੋਸ਼ਿਸ਼ ਤਾਂ ਹੋ ਰਹੀ ਹੈ, ਪਰ ਉਸੇ ਤਰ੍ਹਾਂ ਹੀ ਪਏ ਰਸਤੇ। ਤਕਰੀਬਨ 8 ਕਿਲੋਮੀਟਰ ਪਿਆ ਹੈ ਮੋਦੋ ਵਿਲੇਜ। ਤਕਰੀਬਨ ਸਾਨੂੰ ਨਾ ਚੱਲਿਆਂ ਨੂੰ ਉੱਥੋਂ 4-5 ਕਿਲੋਮੀਟਰ ਹੋ ਗਏ, 20-25 ਮਿੰਟ ਦਾ ਰਾਹ ਤੈਅ ਕਰਿਆ ਹੈ। ਅਤੇ ਮੌਸਮ ਬੜਾ ਸੋਹਣਾ ਉੱਥੋਂ ਦਾ ਵੀ, ਠੰਡ ਹੈਗੀ ਪੂਰੀ ਜ਼ਿਆਦਾ ਜ਼ਬਰਦਸਤ ਵੀ। ਸਾਡੇ ਬਾਈ ਜੀ ਉਹ ਖੜ੍ਹੇ ਪੁੱਲ ਦੇ ਉੱਪਰ ਵੀ, ਜਾਇਓ ਜਾਇਓ ਗੱਲ ਦੇ ਧਿਆਨ ਚਲੋ ਮਾੜਾ ਜਿਹਾ ਸੱਟੋ, ਚਲੋ ਚਲੋ। ਅਸਲ ਜਿਹੜਾ ਇਹ ਪੁਰਾਣੇ ਰਾਹ ਬਣੇ ਹੋਏ ਆ ਨਦੀਆਂ ਨੂੰ ਪਾਰ ਕਰਨ ਵਾਸਤੇ, ਅਸੀਂ ਖੜ੍ਹੇ ਹਾਂ ਟੈਲਿੰਗ ਪਿੰਡ ਕੋਲੇ। ਸਾਹਮਣੇ ਜਿੱਥੇ ਤੁਹਾਨੂੰ ਝੰਡੇ ਦਿਖਦੇ ਪਏ ਉਸ ਪਾਸੇ ਪਿੰਡ ਆ, ਉਸ ਪਾਸੇ ਟੈਲਿੰਗ ਪਿੰਡ ਆ, ਉਸ ਪਾਸੇ ਇਹ ਪੁਰਾਣੇ ਰਸਤੇ ਆ ਜੀ। ਆਹ ਦੇਖੋ ਲੋਕ ਪਹਿਲਾਂ ਇਸ ਤਰੀਕੇ ਦਾ ਨਾ ਰਾਹ ਪਾਰ ਕਰਕੇ ਜਾਂਦੇ ਹੋਣਗੇ ਪਿੰਡ ਨਦੀ ਦੇ ਉੱਪਰੋਂ ਵੀ, ਅਤੇ ਨਦੀ ਮੁੱਕਰੀ ਗਈ, ਨਦੀ ਉਹ ਦੂਰ ਤੱਕ ਜਾਂਦੀ ਪਈ ਹੈ ਥੋੜ੍ਹਾ ਜਿਹਾ। ਉਸ ਤੱਕ ਜਿੱਥੇ ਆ ਪਗਡੰਡੀਆਂ ਬਣੀਆਂ ਹੋਈਆਂ ਸਾਰਾ ਉੱਪਰ ਪਿੰਡ ਉੜ ਜਾਂਦਾ ਪਿਆ। ਆਹ ਖੈਰ ਹੁਣ ਤਾਂ ਪਿੱਛੇ ਇੱਕ ਨਵਾਂ ਪੁੱਲ ਬਣ ਗਿਆ, ਪੁਰਾਣੇ ਸਮੇਂ ਦੇ ਪੁੱਲ ਆਹ ਵਾਲੇ ਸੀਗੇ ਜੀ ਇਹ। ਅਤੇ ਤੁਸੀਂ ਇਸ ਪਾਸੇ ਬਰਫ਼ਾਂ ਲੱਦੇ ਹਿਮਾਲਿਆ ਵੀ ਜ਼ਬਰਦਸਤ ਵੀ, ਅਤੇ ਸਾਰੇ ਕੱਚੇ ਪੁੱਲਾਂ ਦੇ ਕਈ ਸਾਲ ਪੁਰਾਣੇ ਪੁੱਲ ਆ ਜੀ ਇੱਥੋਂ ਇਹ, ਜਿਹੜੇ ਬਣੇ ਹੋਏ ਆ ਇਹਨਾਂ ਘਾਟੀਆਂ ਦੇ ਵਿੱਚ। ਅਸੀਂ ਪਿੱਛੇ ਬਹੁਤ ਦੇਖੇ ਸੀਗੇ। ਨੀਚੇ ਦੇਖ ਕੇ ਨਾ ਹੋਲੀ ਤਰ੍ਹਾਂ ਲੱਗਦਾ ਨਾ ਆਪਾਂ ਨੂੰ, ਤੁਸੀਂ ਨੀਚੇ ਦੇਖੀ ਉਹਨੂੰ ਹੋਲੀ ਤਰ੍ਹਾਂ ਦੀ ਮਹਿਸੂਸ ਗੱਲ ਹੁੰਦੀ ਹੈ। ਉਹਨਾਂ ਹੱਥ ਹੁੱਥ ਫੜ ਕੇ ਫਿਰ ਤੁਰਨਾ ਪੈ ਰਿਹਾ ਸਾਹ, ਚੱਕਰ ਤਾਂ ਆਣਗੇ ਆਣਗੇ, ਤੁਸੀਂ ਹੇਠਾਂ ਦੇਖੀ ਫਿਰ ਚੱਕਰ ਆਣਗੇ। ਹਾਂ ਐਂ ਲੱਗਦਾ ਕਿ ਪੁੱਲ ਜਾ ਰਹੇ ਆਪਣਾ ਪਾਣੀ ਖੜ੍ਹਾ ਉੱਥੇ। ਚਲੋ ਦੋ ਘੜੀ ਲਗਾ ਕੇ ਨਿਕਲਦੇ ਅੱਗੇ ਨੂੰ ਵੀ। ਹਾਂਜੀ ਤਾਂ ਅਖੀਰ 'ਚ ਅੱਧੇ ਪੌਣੇ ਘੰਟੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਗਏ ਮੁੱਦ ਵਿਲੇਜ, ਮੁੱਦ ਪਿੰਡ।
ਇੱਕ ਛੋਟੀ ਜਿਹੀ ਵਾਟਰ ਕਰੋਸਿੰਗ ਆ ਗਈ। ਆਜੋ 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 ਆਜੋ, ਸ਼ਾਬਾਸ਼। ਅਸੀਂ ਨਾ ਇਸ ਵਕਤ ਮੋਦ ਤੋਂ ਕੋਈ 1 ਕਿਲੋਮੀਟਰ ਅੱਗੇ ਆ ਗਏ, ਬਸ ਇੱਥੋਂ ਨੂੰ ਵਾਪਸੀ ਸ਼ੁਰੂ ਕਰਾਂਗੇ ਥੋੜ੍ਹੀ ਦੇਰ ਤੱਕ। ਅਸੀਂ ਉਹ ਥਾਂ 'ਤੇ ਪਹੁੰਚ ਚੁੱਕੇ ਹਾਂ ਜਿੱਥੋਂ ਕਿ 3 ਪਾਰਵਤੀ ਟਰੈਕ ਸ਼ੁਰੂ ਹੁੰਦਾ ਜਾਂ ਖਤਮ ਹੁੰਦਾ। ਪਿੰਡ ਵੈਲੀ 'ਚ ਪਹੁੰਚ ਕੇ ਨਾ ਸਾਡੇ ਇੱਕ ਬੜੀ ਹੱਸਵੀਂ ਦੀ ਗੱਲ ਹੋਈ। ਅਸੀਂ ਆਪਦੇ ਨਾਲ ਇੱਕ ਪੈਕਟ ਲੈ ਕੇ ਆਏ ਸੀਗੇ ਇਟਾਲੀ ਨੂੰ ਖਾਣ ਪੀਣ ਵਾਸਤੇ ਵੀ, ਪਰ ਅਸੀਂ ਚੰਡੀਗੜ੍ਹ ਸੀਗੇ ਤਾਂ ਅਸੀਂ ਕੀਤਾ ਜੁਗਾੜ, ਆਪਣੇ ਕੋਲ ਗੋਪਰੋ ਦੀ ਸਟਿੱਕ ਨਹੀਂ ਸੀਗੀ, ਉਹੀ ਕੱਢੀ ਹੈ ਅਤੇ ਉਸ ਨਾਲ ਖਾਵਾਂਗੇ ਤੁਹਾਨੂੰ। ਹੱਥ 'ਚ ਨਾ ਪੂਰੀ ਖੁਸ਼ਕ ਜਿਹੇ ਹੋ ਗਏ ਤੇ ਭਾਅ ਜੀ ਆਪਣਾ ਜੁਗਾੜ ਕਰੀ ਬੈਠੇ ਇਸ ਟਾਈਮ। ਸਾਰੀ ਪਿੰਡ ਘੱਟ ਗਈ ਹੈ, ਸਾਡੇ ਬਾਈ ਨਾ ਮੋਟਰਸਾਈਕਲ ਦੇ ਉੱਪਰ ਕੁਰਸੀ ਖੋਲ ਰਹੇ ਹੈ ਬੈਠਣ ਵਾਸਤੇ, ਅਤੇ ਅਸੀਂ ਪਹੁੰਚ ਚੁੱਕੇ ਹਾਂ ਉਸ ਥਾਂ ਦੇ ਉੱਪਰ ਜਿਸ ਥਾਂ ਤੋਂ ਪਿੰਡ ਪਾਰਵਤੀ ਟਰੈਕ ਜਿਹੜਾ ਕਿ ਬੜਾ ਹੀ ਮਸ਼ਹੂਰ ਟਰੈਕ ਹੈ ਉਹ ਸ਼ੁਰੂ ਹੁੰਦਾ ਹੈ। ਸਾਡੇ ਪਿੱਛੇ ਹੈਗੀ ਹੈ ਸਾਰੀ, ਮਤਲਬ ਪਿਛਲੇ ਸਾਡੀ ਸਾਰੀ ਆਹ ਪਿੰਡ ਵੈਲੀ ਹੈ, ਮਤਲਬ ਇਹ ਦਿਖਾਉਂਦੇ ਇੱਕ ਵਾਰ, ਆਹ ਸਾਰੀ ਦੀ ਸਾਰੀ ਜੋ ਹੈ ਇਹ ਪਿੰਡ ਵੈਲੀ ਹੈ। ਕਾਫੀ ਸਮੇਂ ਤੋਂ ਅਸੀਂ ਪਿੰਡ ਵੈਲੀ ਦੇ ਵਿੱਚ ਹੀ ਹਾਂ, ਅਤੇ ਜੋ ਦੂਰ ਜੋ ਤੁਸੀਂ ਪਿੰਡ ਦੇਖ ਰਹੇ ਹੋ ਇਹ ਹੈ ਮੁੱਦ ਪਿੰਡ, ਮੱਡ ਵਿਲੇਜ, ਮੁੱਡ ਵਿਲੇਜ MUD। ਤਾਂ ਅਸੀਂ ਇਸ ਪਿੰਡ ਤੋਂ ਲਗਭਗ 3-4 ਕਿਲੋਮੀਟਰ ਅੱਗੇ ਆ ਗਏ। ਤਾਂ ਇਹ ਸਾਰੀ ਜਿਹੜੀ ਪਰਬਤ ਸ਼ਿੰਕਲਾ ਹੈਗੀ ਹੈ ਇਹ ਪਾਰਵਤੀ ਪਰਬਤਾਂ ਇਸ ਵਿੱਚ ਆਉਂਦਾ ਇੱਕ, ਅਤੇ ਇਸ ਵਿੱਚ ਇੱਥੋਂ ਤੱਕ ਮਸ਼ਹੂਰ ਟਰੈਕ ਜਿਹੜਾ ਹੈਗਾ ਪਿੰਡ ਪਾਰਵਤੀ ਟਰੈਕ ਉਹ ਇਸ ਥਾਂ 'ਤੇ ਹੁੰਦਾ। ਜਿਹੜਾ ਕੱਚੇ ਰਾਹ ਤੁਸੀਂ ਦੇਖ ਰਹੇ ਹੋ ਇੱਥੋਂ ਤੋਂ ਅੱਗੇ ਆ ਕੇ ਗੱਡੀਆਂ ਨਹੀਂ ਜਾਂਦੀਆਂ, ਉਸ ਤੋਂ ਅੱਗੇ ਸਾਧਨ ਨਹੀਂ ਜਾਂਦੇ, ਉਸ ਤੋਂ ਅੱਗੇ ਅਤੇ ਉਸ ਤੋਂ ਅੱਗੇ ਜੋ ਹੈ ਟਰੈਕ ਜਿਹੜਾ ਹੈਗਾ ਪਿੰਡ ਪਾਰਵਤੀ ਟਰੈਕ ਉਹ ਇਸ ਪਾਸੇ ਸ਼ੁਰੂ ਹੋ ਜਾਂਦਾ। ਜੇ ਤੁਸੀਂ ਪਿੰਡ ਪਾਰਵਤੀ ਟਰੈਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਖਾਣ ਪੀਣ ਦਾ ਸਮਾਨ, ਗਾਈਡ ਵਗੈਰਾ ਤੁਹਾਨੂੰ ਆਪਣੇ ਜੋ ਹੈ ਉਹ ਨਾਲ ਲੈ ਕੇ ਆਉਣੇ ਪੈਂਦੇ ਹੈ, ਕਿਉਂਕਿ ਜਿਹੜਾ ਇਹ ਟਰੈਕ ਹੈਗਾ ਇਹ ਘੱਟੋ ਘੱਟ 8-10 ਦਿਨ ਦਾ ਟਰੈਕ ਹੈ ਜਿਹੜਾ ਕੁੱਲੂ ਤੋਂ ਸ਼ੁਰੂ ਹੋ ਕੇ ਆਪਣੇ ਇੱਧਰ ਮੱਡ ਵਿਲੇਜ ਤੱਕ ਆਉਂਦਾ ਹੈ। ਅਸੀਂ ਇਸ ਵਕਤ ਨਾ ਸਮੁੰਦਰ ਤਲ ਤੋਂ ਲਗਭਗ 3,900 ਮੀਟਰ ਦੀ ਹਾਈਟ 'ਤੇ ਹਾਂ, ਮਤਲਬ ਲਗਭਗ 12,000 ਫੁੱਟ 'ਤੇ ਹੋਵਾਂਗੇ ਇਸ ਟਾਈਮ ਅਸੀਂ, ਅਤੇ ਇੱਥੇ ਵੀ ਹਵਾ ਬਹੁਤ ਤੇਜ਼ ਚੱਲ ਰਹੀ ਹੈ। ਇਹ ਉਹ ਥਾਵਾਂ ਨੇ ਜਿੱਥੇ ਕਿ ਬਾਰਿਸ਼ ਬਹੁਤ ਘੱਟ ਹੁੰਦੀ ਹੈ, ਮੀਂਹ ਬਹੁਤ ਘੱਟ ਪੈਂਦੇ ਨੇ, ਜਿਵੇਂ ਆਪਾਂ ਦੇਖ ਹੀ ਰਹੇ ਹਾਂ ਇੱਥੇ ਇਹ ਇਸ ਪਾਸੇ ਗ੍ਰੀਨਰੀ ਉਹ ਨੀਚੇ ਇੱਕ ਜਾਕ ਹੈ ਇੱਥੇ ਆਪ ਸੀਗਾ ਤੁਹਾਡੇ ਸਾਹਮਣੇ ਦਿਖ ਰਿਹਾ ਤੁਹਾਨੂੰ ਬਰੀਕ ਬਰੀਕ,
ਵੱਡੀਆਂ ਜੱਤਾਂ ਵਾਲੇ ਕੁੱਤੇ ਨੇ ਇੱਥੇ, ਵੱਡੀਆਂ ਜੱਤਾਂ ਵਾਲੇ ਜਾ ਕੇ ਨੇ ਥੱਲੇ। ਤਾਂ ਇਹ ਸੀਗਾ ਸਾਡਾ ਸਪੀਤੀ ਵੈਲੀ ਦੇ ਵਿੱਚ ਜੋ ਕਿ ਵੈਲੀ ਪੈਂਦੀ ਹੈ ਪਿੰਡ ਵੈਲੀ, ਉੱਥੋਂ ਤੱਕ ਦਾ ਸਫ਼ਰ। ਅਖੀਰਲਾ ਪਿੰਡ ਇੱਥੇ ਪੈਂਦਾ ਮੁੱਢ, ਜਿਹੜਾ ਕਿ ਕਾਜ਼ਾ ਤੋਂ ਤਕਰੀਬਨ 2-2.5 ਘੰਟੇ ਦਾ ਸਫ਼ਰ ਹੈ ਕਾਜ਼ਾ ਤੋਂ। ਰਾਹ ਕਾਫ਼ੀ ਖਰਾਬ ਹੈ ਇਸ ਪਾਸੇ, ਇੱਕ ਦੋ ਵਾਟਰ ਕਰੋਸਿੰਗ ਵੀ ਆਉਂਦੀ ਹੈ, ਪਰ ਉੱਥੋਂ ਦਾ ਕੁਦਰਤੀ ਸੀਨ ਜੋ ਹੈ ਨਾ ਉਹ ਬਹੁਤ ਵਧੀਆ ਵੀ, ਬਹੁਤ ਸੁਹੱਪਣਾ ਇੱਥੇ ਸਾਂ ਦੇ ਉੱਪਰ। ਮਤਲਬ ਇਹ ਥਾਂ ਜਿਹੜੀ ਹੈਗੀ ਹੈ ਇਸ ਦੇ ਉੱਪਰ ਇਨਸਾਨਾਂ ਦੀ ਦਖਲ ਨਹੀਂ ਹੋਈ ਇਸ ਕੋਈ, ਅਤੇ ਅਸੀਂ ਨਹੀਂ ਚਾਹੁੰਦੇ ਕਿ ਕਦੇ ਕੋਈ ਵੀ ਕਿਸੇ ਇਨਸਾਨ ਦੀ ਦਖਲ ਹੋਵੇ। ਤੁਸੀਂ ਜਦੋਂ ਵੀ ਇਸ ਥਾਂ ਦੇ ਉੱਪਰ ਆਉਣਾ ਆਪਣੀ ਪੂਰੀ ਤਿਆਰੀ ਦੇ ਨਾਲ ਆਓ, ਕਿਉਂਕਿ ਇਹਨਾਂ ਥਾਵਾਂ ਦੇ ਉੱਪਰ ਨਾ ਜੋ ਮੌਸਮ ਹੈਗਾ, ਜੋ ਵੈਦਰ ਹੈਗਾ ਉਹ ਇੱਕੋ ਦਮ ਚੇਂਜ ਹੋ ਜਾਂਦਾ, ਅਤੇ ਇਹਨਾਂ ਥਾਵਾਂ ਦੇ ਉੱਪਰ ਜੇਕਰ ਬਰਫ਼ ਪੈਣੀ ਸ਼ੁਰੂ ਹੋ ਗਈ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਇਹਨਾਂ ਥਾਵਾਂ ਦੇ ਉੱਪਰ ਤੁਹਾਨੂੰ ਨਾ ਲੁਕਣ ਵਾਸਤੇ, ਹਾਈਟ ਹੋਣ ਵਾਸਤੇ, ਇੱਕ ਸਪੋਰਟ ਵਾਸਤੇ ਤੁਹਾਨੂੰ ਥਾਂ ਨਹੀਂ ਮਿਲੀ ਕੋਈ ਵੀ। ਸਮੇਂ ਸਿਰ ਆਓ ਉਸ ਥਾਂ ਦੇ ਉੱਪਰ, ਘੁੰਮੋ ਫਿਰੋ, ਆਪਦਾ ਕੁਦਰਤ ਦਾ ਆਨੰਦ ਮਾਣੋ, ਅਤੇ ਕੁਦਰਤ ਨੂੰ ਖਰਾਬ ਬਿਲਕੁਲ ਨਾ ਕਰੋ ਵੀ, ਕਿਉਂਕਿ ਇਸ ਕੁਦਰਤ ਨੂੰ ਆਪਾਂ ਨੇ ਹੀ ਸੰਭਾਲ ਕੇ ਰੱਖਣਾ ਹੈ ਇਸ ਕੁਦਰਤ ਨੂੰ ਵੀ। ਇਨਸਾਨੀ ਦਖਲ ਅੰਦਾਜ਼ੀ ਕਿਸੇ ਵੀ ਖੇਤਰ ਦੇ ਵਿੱਚ ਮਾੜੀ ਹੀ ਹੁੰਦੀ ਹੈ, ਖਾਸ ਕਰਕੇ ਇਸ ਪਾਸੇ ਦੇ ਵਿੱਚ। ਇਹ ਕੁਛ ਟ੍ਰੇਲ ਬਣੇ ਹੋਏ ਨੇ, ਥੋੜ੍ਹੀ ਦੂਰ ਤੱਕ ਜਾ ਕੇ ਖਤਮ ਹੋ ਜਾਣਗੇ ਇੱਥੋਂ ਦੇ, ਉਸ ਤੋਂ ਕਿ ਪੈਦਲ ਰਸਤੇ ਜਿਹੜੇ ਟਰੈਕ ਲਈ ਆਉਂਦੇ ਨੇ ਉਹ ਸ਼ੁਰੂ ਹੋ ਜਾਂਦੇ ਨੇ। ਕੁਦਰਤ ਨੇ ਆਪਦੇ ਵਿੱਚ ਬਹੁਤ ਕੁਛ ਸਮੋ ਕੇ ਰੱਖਿਆ ਹੋਇਆ। ਸਾਡੇ ਬਾਈ ਜੀ ਤਿਆਰੀ ਕਰਦੇ ਹੋਏ, ਚਲੋ ਅਸੀਂ ਵੀ ਕਰਦੇ ਮੂਵ ਅੱਗੇ ਨੂੰ, ਦੇਖਦੇ ਕੀ ਮਾਹੌਲ ਬਣਦਾ ਅੱਗੇ ਵੀ। ਅਸੀਂ ਆ ਗਏ ਵਾਪਸ ਮੁੱਧ ਪਿੰਡ ਦੇ ਵਿੱਚ ਵੀ, ਇੱਥੇ ਹੋਮ ਸਟੇ ਵਗੈਰਾ ਬਣੇ ਹੋਏ ਇੱਥੇ 4-5, ਥੋੜ੍ਹੇ ਜਿਹੇ ਹੈ ਤਾਂ ਮਹਿੰਗੇ ਖੈਰ ਇਸ ਪਾਸੇ, ਜਿਹੜੇ ਕਿ ਇੱਕ ਕਮਰੇ ਦਾ ਕੋਈ 2.5-3 ਹਜ਼ਾਰ ਰੁਪਏ ਲੈਂਦੇ ਆ, ਜਿਸ ਵਿੱਚ ਤੁਹਾਡਾ ਡਿਨਰ ਅਤੇ ਬ੍ਰੇਕਫਾਸਟ ਉਹ ਸ਼ਾਮਿਲ ਹੁੰਦਾ। ਫਿਲਹਾਲ ਅਸੀਂ ਨਾ ਡਿਨਰ ਕਰ ਰਹੇ ਹਾਂ ਨਾ ਬ੍ਰੇਕਫਾਸਟ ਕਰ ਰਹੇ ਹਾਂ, ਅਸੀਂ ਲੈ ਰਹੇ ਹਾਂ ਕੌਫੀ। ਮਨਾਲੀ ਸ਼ਹਿਰ ਮੈਂ ਠੀਕ ਹੈ, ਤੋ ਅਸੀਂ ਜਦੋਂ ਖੜ੍ਹੇ ਨਾ ਕੁਛ ਖਾਣ ਪੀਣ ਕੀਤਾ ਸੀਗਾ, ਅਤੇ ਆਹ ਸਾਰੀ ਅਸੀਂ ਵੇਸਟੇਜ ਜਿਹੜੀ ਉੱਥੇ ਨਹੀਂ ਰੱਖ ਕੇ ਆਏ, ਇਹਨੂੰ ਪਾਵਾਂਗੇ ਤਾਂ ਡਸਟਬੀਨ 'ਚ। ਤੁਸੀਂ ਵੀ ਜੋ ਕਦੇ ਵੀ ਆਉਂਦੇ ਹੋ ਨਾ, ਖਾਂਦੇ ਪੀਂਦੇ ਹੋ, ਆਹ ਵੇਸਟੇਜ ਚੱਕ ਲਓ ਆਪਦੀ ਅਤੇ ਉਹਨੂੰ ਨਾਲ ਲੈ ਕੇ ਆਓ। ਅਤੇ ਨਾ ਅਸੀਂ ਮੁੱਧ ਵਿਲੇ 'ਚ ਖੜ੍ਹੇ ਸੀ, ਕਾ ਨਮਖਾ ਹੋਮ ਸਟੇ ਹੈ, ਇਹ ਕਰਾਉਂਦੇ ਆ ਤੁਹਾਨੂੰ ਟਰੈਕ ਬਾਬਾ ਐਂਡ ਪਿੰਡ ਪਾਰਵਤੀ ਪਾਸ ਦਾ ਵੀ, ਜਿਹੜਾ ਬਾਬਾ ਟਰੈਕ ਹੈਗਾ, ਬਾਬਾ ਇੱਕ ਪਿੰਡ ਦਾ ਨਾਮ ਹੈ ਜੀ ਕਿਨੌਰ ਦੇ ਵਿੱਚ, ਅਤੇ ਇਹ ਟਰੈਕ ਹੁੰਦਾ 4 ਦਿਨਾਂ ਦਾ, ਕੁੱਲ 4 ਦਿਨਾਂ ਟਰੈਕ ਹੈ ਇਹ। 4-5 ਦਿਨ, ਹਾਂ ਜੀ ਬੋਲ ਰਿਹਾ 4-5 ਦਿਨ, ਤਾਂ 4-5 ਅਰੇ ਆਪ ਲੋਕ ਤੋਂ ਚਲੇ ਜਾਓਗੇ, ਹਮ ਤਾਂ 3-4 ਦਿਨ ਲੱਗ ਜਾਏਗਾ ਨਾਮਕੋ ਵੀ। ਹਾਂ ਹਾਂ, ਤੋ ਕਹਿੰਦੇ 4-5 ਦਿਨ ਦਾ ਟਰੈਕ ਹੈ,
ਤੇ ਇਸ ਟਰੈਕ ਦੀ ਜਿਹੜੀ ਕੋਸਟ ਪੈਂਦੀ ਹੈ ਉਹ ਪਰ ਪਰਸਨ 20,000 ਰੁਪਏ ਬਾਬਾ ਕਾ 20,000 ਕੇ ਆਸ ਪਾਸ। ਹਾਂ 20,000 ਕੇ ਆਸ ਪਾਸ ਇਸ ਕਰਕੇ ਕੋਸਟ ਪਵੇਗੀ, ਕਹਿੰਦੇ ਖਰਚਾ ਪੈ ਜਾਂਦਾ ਜੇ ਤੁਸੀਂ 4-5 ਜਾਣੇ ਆਉਂਦੇ ਹੋ। ਜਿੰਨਾ ਵੱਡਾ ਗਰੁੱਪ ਹੋਊਗਾ ਉਨਾ ਸਸਤਾ ਟਰੈਕ ਜਿਹੜਾ ਪੈ ਜਾਂਦਾ ਤੁਹਾਨੂੰ ਇਹ। ਠੀਕ ਹੈ, 4-5 ਦਾ ਗਰੁੱਪ ਠੀਕ ਹੈ। ਹਾਂ 4-5 ਦਾ ਗਰੁੱਪ ਠੀਕ ਹੈ। ਅਤੇ ਜਿਸ ਵਿੱਚ ਟਰੈਕ 'ਚ ਕੀ ਹੁੰਦਾ ਇਹਨਾਂ ਦਾ ਰਹਿਣ ਦਾ ਸਮਾਨ, ਇਹਨਾਂ ਦਾ ਖਾਣ ਪੀਣ ਦਾ ਸਮਾਨ, ਇਹਨਾਂ ਦਾ ਜੋ ਵੀ ਖੱਚਰ ਵਗੈਰਾ ਜਾਊਗੀ ਉਹ ਇਹਨਾਂ ਦੀ ਹੋਊਗੀ। ਹਾਂ 20,000 ਕਿਆ ਐਵਰੇਜ 20,000 ਪੜ ਜਾਏਗੀ। ਠੀਕ ਹੈ, ਤਾਂ ਇਹਨਾਂ ਦਾ ਖਰਚਾ ਪੈ ਜਾਂਦਾ ਇਹ। ਅਤੇ ਕਿਹੜਾ ਪਿੰਡ ਆ ਕਿਨੌਰ ਕੇ ਪਾਸ? ਕਾਫਰੂ। ਹਾਂ ਕਿਨੌਰ ਕੋਲ ਕਾਫਰੂ ਪਿੰਡ ਕੋਲ ਲੈ ਜਾਣਗੇ ਇਹ। ਅਤੇ ਕਾਫਰੂ ਤੋਂ ਕਹਿੰਦੇ ਇੱਕ ਰੋਡਵੇਜ਼ ਬੱਸ ਆਉਂਦੀ ਹੈ, ਉੱਥੋਂ 1.5 ਘੰਟੇ ਬਾਅਦ ਤੁਸੀਂ ਰਿਕੋਂਗ ਵੀ ਪਹੁੰਚ ਜਾਓਗੇ ਤੁਹਾਨੂੰ ਇਹ। ਹਾਂ ਉਹ ਆਪਾਂ ਕਿ ਡਿਪੈਂਡ ਕਰਤਾ ਕਿ ਰਾਮਪੁਰ ਜਾਣਾ ਰਿਕੋਂਗ ਵੀ ਜਾਣਾ ਆਪਣੇ। ਹਾਂ ਅੱਛਾ, ਅਤੇ ਨਾ ਦੂਸਰਾ ਇਹ ਟਰੈਕ ਕਰਵਾਉਂਦੇ ਆ ਪਿੰਨ ਪਾਰਵਤੀ ਟਰੈਕ ਵੀ। ਪਿੰਨ ਪਾਰਵਤੀ ਟਰੈਕ ਹੈ ਦੂਸਰਾ ਇਹ, ਜਾਂਦਾ ਆਪਣੇ ਇਸ ਪਿੰਡ ਤੋਂ ਲੈ ਕੇ ਮਨੀਕਰਨ ਤੱਕ ਵੀ। ਮਨੀਕਰਨ ਛੋੜ ਦਿਓ ਨਾ ਕਿ ਮਨਾਲੀ, ਮਨੀਕਰਨ ਤੱਕ ਜਾਂਦਾ ਇਹ ਪਿੰਨ ਪਾਰਵਤੀ ਟਰੈਕ। ਅਤੇ 8-10 ਦਿਨ ਦਾ ਪ੍ਰੋਗਰਾਮ ਹੋਊਗਾ ਭਈਆ, ਅਤੇ 8-10 ਦਿਨ ਦਾ ਪ੍ਰੋਗਰਾਮ ਇਹਨਾਂ ਦਾ। ਅਤੇ ਉਹਦੀ ਕਹਿੰਦੇ ਫੀਸ ਹੁੰਦੀ ਹੈ 30,000-35,000 ਦੇ ਵਿਚਾਲੇ ਵਿਚਾਲੇ ਇੱਕ ਬੰਦੇ ਦੀ। ਤਾਂ 30,000-35,000 ਰੁਪਏ ਕੋਸਟ ਪੈਣੀ ਹੈ ਉਹਦੀ, ਅਤੇ 8-10 ਦਿਨਾਂ ਦਾ ਟਰੈਕ ਹੋਊਗਾ ਜੀ ਉਹ। ਉਸ ਕੋਸਟ 'ਚ ਉਹੀ ਗੱਲ, ਖਾਣਾ ਪੀਣਾ ਇਹਨਾਂ ਦਾ, ਰਹਿਣ ਦਾ ਇਹਨਾਂ ਦਾ, ਟੈਂਟ ਇਹਨਾਂ ਦੇ ਵੀ, ਤੁਸੀਂ ਸਿਰਫ ਤੁਰਨਾ ਉੱਥੇ ਬਸ ਨਾਲ ਨਾਲ ਇਹਨਾਂ ਦੇ ਬਸ। ਤਾਂ ਜੇਕਰ ਤੁਸੀਂ ਇਹ ਟਰੈਕ ਕਰਨਾ ਚਾਹੁੰਦੇ ਹੋ ਉਸ ਪਾਸੇ, ਤਾਂ ਇਹਨਾਂ ਦੇ ਨੰਬਰ ਹੈ ਤੁਹਾਨੂੰ ਸ਼ੋਅ ਸਕਰੀਨ 'ਤੇ ਸ਼ੋਅ ਕਰ ਦਿੰਦਾ। ਆਹ ਨਮਖਾ ਹੋਮ ਸਟੇ ਹੈ ਮੋਢੋ ਦੇ ਵਿੱਚ, ਅਤੇ ਆਹ ਇਹਨਾਂ ਦੇ ਨੰਬਰ ਆ ਜੀ ਆਹ। ਅਤੇ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਟਰੈਕ ਕਰਨਾ ਚਾਹੁੰਦੇ ਹੋ ਤੁਹਾਨੂੰ। ਮੋਢੋ ਪਿੰਡ ਹੋਈ ਇਹ ਹੈਗਾ ਮੋਢੋ ਵਿਲੇਜ, ਮੋਢੋ ਪਿੰਡ। ਛੋਟਾ ਜਿਹਾ ਪਿੰਡ ਹੈ ਇੱਕ, ਜਿੱਥੋਂ ਦੀ ਸ਼ਾਇਦ ਵੋਟਾਂ ਦੀ ਗਿਣਤੀ ਗੱਲ ਕਰੀਏ ਤਾਂ 100 ਦੇ ਆਸ ਪਾਸ ਹੋਣੀ ਹੈ ਬਸ। ਜ਼ਿਆਦਾਤਰ ਲੋਕਾਂ ਦਾ ਮੁੱਖ ਕੰਮ ਇੱਥੇ ਟੂਰਿਜ਼ਮ ਹੈ ਜਾਂ ਖੇਤੀ ਕਰਦੇ ਆ, ਖੇਤੀ ਕਰਦੇ ਇੱਥੇ ਮਟਰਾਂ ਦੀ ਬਸ। ਅਤੇ ਕਿੱਥੇ ਨਿੱਕਾ ਜਿਹਾ ਸਕੂਲ ਵੀ ਹੈਗਾ ਇੱਕ, ਇੱਥੇ ਭੇਡਾਂ ਵੀ ਹੈਗੀਆਂ। ਹਾਂ ਤਾਂ ਲੱਗ ਗਿਆ ਇੱਕ ਨਿੱਕਾ ਜਿਹਾ ਸਕੂਲ ਵੀ ਹੈਗਾ ਥਾਣਾ। ਇੰਨਾ ਰਿਮੋਟ ਇਲਾਕਿਆਂ ਦੇ ਵਿੱਚ ਨਾ ਸਕੂਲ ਦਾ ਹੋਣਾ ਬੜਾ ਜ਼ਰੂਰੀ ਹੁੰਦਾ, ਅਤੇ ਆ ਨਿੱਕੇ ਨਿੱਕੇ ਬੱਚੇ। ਹੈਲੋ ਬੱਚੋ, ਕੈਸੇ ਹੋ? ਕਿਆ ਨਾਮ ਆਪਕਾ? ਆਪਣਾ ਨਾਮ ਬਤਾ ਦਿਓ। ਔਰ ਆਪਕਾ ਬੇਟਾ? ਬਹੁਤ ਵਧੀਆ। ਕੌਨ ਸੀ ਕਲਾਸ ਮੇਂ ਪੜ੍ਹਤੇ ਹੋ? ਆਪ ਫਸਟ ਮੇਂ ਹੋ? ਔਰ ਆ ਬੇਟਾ? ਥਰਡ ਮੇਂ। ਵੈਰੀ ਗੁੱਡ। ਆਹ ਛੋਟਾ ਜਿਹਾ ਸਕੂਲ ਉੱਥੇ ਇਹਨਾਂ ਦਾ, ਕਿਉਂਕਿ ਪਿੰਡ ਛੋਟਾ ਉੱਥੇ ਬੱਚਿਆਂ ਦੀ ਗਿਣਤੀ ਵੀ ਘੱਟ ਆ ਤੁਹਾਨੂੰ। ਇਸ ਸਕੂਲ 'ਚ ਸਿਰਫ 3-4 ਬੱਚੇ ਪੜ੍ਹਦੇ ਆ, 1-2 ਬੱਚੇ ਅੱਜ ਵਿਚਾਰੇ ਆਏ ਨੇ ਅੱਜ। ਸੋਹਣਾ ਸਿਸਟਮ ਆ ਇਹਨਾਂ ਦਾ, ਸੋਹਣਾ ਮਾਹੌਲ ਬਣਿਆ ਹੋਇਆ।
ਵਧੀਆ ਸਕੂਲ ਨੇ ਇੱਥੋਂ ਦੇ, ਜਿੰਨੇ ਆ ਬੱਚੇ ਹੈਗੇ ਆ ਉਸ ਹਿਸਾਬ ਨਾਲ TL ਵਗੈਰਾ ਤਿਆਰ ਕੀਤੀ ਉਹਨਾਂ ਨੇ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਇੱਥੋਂ ਦੇ। ਸਾਡੇ ਬਾਈ ਤਿਆਰਪੁਰੇ ਵਾਪਸੀ ਵਾਸਤੇ ਵੀ ਚਲੀਏ, ਕਰੋ ਸਟਾਰਟ ਗੱਡੀ ਫਿਰ ਕਰੀਏ ਮੂਵ ਆਉਣ ਜੀ ਆਪਾਂ। ਇੱਥੇ ਨਾ ਮੋਦੋ ਪਿੰਡ ਸਰ ਇੱਕ ਬੱਸ ਆਉਂਦੀ ਹੈ, ਉਹ ਵੀ ਸ਼ਾਮ ਨੂੰ ਕਾਜ਼ਾ ਤੋਂ, ਅਤੇ ਜੇਕਰ ਕਿਸੇ ਨੇ ਹੋਰ ਨੇ ਕਾਜ਼ਾ ਤੋਂ ਮੁੱਦਾ ਆਉਣਾ ਹੋਵੇ ਤਾਂ ਇਸ ਤੋਂ ਨਿੱਕੀ ਨਿੱਕੀ ਗੱਡੀਆਂ 'ਚ ਆ ਜਾਂਦੇ ਆ ਟੈਕਸੀਆਂ ਦੇ ਵਿੱਚ, ਤਾਂ ਜੋ ਕਿਰਾਇਆ ਬਣਦਾ ਉਹ ਕਿਰਾਇਆ ਉਹਨਾਂ ਨੂੰ ਦੇ ਦਿੰਦੇ ਆ। ਜਿਸ ਕਰਕੇ ਨਾ ਦੋਨਾਂ ਦਾ ਫਾਇਦਾ ਹੋ ਜਾਂਦਾ। ਇਹ ਵੀ ਆਂਟੀਆਂ ਉੱਧਰੋਂ ਆਈਆਂ ਕਾਜ਼ਾ ਸਾਈਡ ਤੋਂ, ਅਤੇ ਹੱਥ ਨਾਲ ਸਕੂਲ ਮੁੱਦੇ ਦਾ, ਅਤੇ ਸਾਡੀ ਹੁਣ ਵਾਪਸੀ ਹੈ ਮੁੱਦੇ ਤੋਂ ਸੰਗਨਮ ਪਿੰਡ, ਸਮਾਨ ਚੱਕਾਂਗੇ ਉੱਥੋਂ ਅਤੇ ਫਿਰ ਕਾਜ਼ਾ ਦੀ ਤਰਫ ਚਿੜੀਆਂ। ਇੱਥੇ ਨਾ ਉਹ ਪਿੰਡ ਹੈ ਬੁੱਧ ਜਿੱਥੇ ਟਰੈਕਟਰ ਵੀ ਹੈਗੇ ਆ ਲੋਕਾਂ ਕੋਲ, ਜ਼ਮੀਨਾਂ ਵੀ ਹੈਗੀਆਂ, ਅਤੇ ਟਰੈਕਟਰ ਦੇ ਨਾਲ ਨਾ ਜ਼ਿਆਦਾਤਰ ਉਹ ਮੋਟਰਾਂ ਦੀ ਖੇਤੀ ਕਰਦੇ ਆ, ਵਾਹੀ ਵੂਹੀ ਵਾਸਤੇ ਜਾਂ ਜੋ ਆਹ ਕੈਰੇਜ ਵਗੈਰਾ ਹੁੰਦੀ ਹੈ ਟਰਾਂਸਪੋਰਟੇਸ਼ਨ, ਉਹ ਕੰਮ ਹੁੰਦਾ ਉੱਥੇ। ਅਤੇ ਸਾਨੂੰ ਸੁਣ ਕੇ ਹੈਰਾਨੀ ਹੋਈ ਕਿ ਇੱਥੇ ਨਾ ਕੋਈ ਵੀ ਬੰਦਾ ਆਪਣੀ ਜ਼ਮੀਨ ਵੇਚਦਾ ਨਹੀਂ ਕਦੇ ਵੀ, ਨਾ ਬਾਹਰਲੇ ਬੰਦੇ ਨੂੰ ਨਾ ਆਪਣੇ ਬੰਦਿਆਂ ਨੂੰ, ਕੋਈ ਨਹੀਂ ਜ਼ਮੀਨ ਵੇਚਦਾ ਉੱਥੇ ਕਈ ਪੀੜ੍ਹੀਆਂ ਤੋਂ ਮੁੱਦੋ ਪਿੰਡ ਦੇ ਵਿੱਚ। ਸਗਨਮ ਦੇ ਹੋਮ ਸਟੇ 'ਤੇ ਫਿਰ ਪਹੁੰਚ ਗਏ, ਕਿਉਂਕਿ ਉੱਥੇ ਸਾਡਾ ਪਿਆ ਸੀ ਸਮਾਨ, ਉਹ ਕਰ ਲਿਆ ਪੂਰਾ ਪੈਕ, ਅਤੇ ਅਸੀਂ ਹੁਣ ਜਾਵਾਂਗੇ ਪਿੰਨ ਵੈਲੀ ਨੈਸ਼ਨਲ ਪਾਰਕ ਤੱਕ। ਇੱਥੋਂ ਸਿਰਫ 5 ਕਿਲੋਮੀਟਰ ਹੈ ਜਿੱਥੋਂ ਨੈਸ਼ਨਲ ਪਾਰਕ ਦਾ ਟਰੈਕ ਸ਼ੁਰੂ ਹੋ ਜਾਂਦਾ, ਅਤੇ ਉਸ ਤੋਂ ਬਾਅਦ ਫਿਰ ਜਾਵਾਂਗੇ ਵਾਪਸ ਕਾਜ਼ਾ ਦੀ ਤਰਫ ਵੀ। ਇਹ ਸਾਰੀ ਥਾਵਾਂ ਨਾ ਤੁਹਾਡਾ ਸਮਾਂ ਭਾਲਦੀਆਂ, ਅਤੇ ਖੁੱਲ੍ਹਾ ਸਮਾਂ ਕੱਢ ਕੇ ਇਹਨਾਂ ਥਾਵਾਂ ਨੂੰ ਐਕਸਪਲੋਰ ਕੀਤਾ ਜਾਵੇ, ਕਦੇ ਵੀ ਭੱਜਣ ਦੀ ਕਾਹਲੀ ਨਾ ਹੋਵੇ। ਸਿਰਫ ਉੱਥੇ ਹਵਾ ਅਤੇ ਪਾਣੀ ਦੀ ਆਵਾਜ਼ ਆਉਂਦੀ ਹੈ, ਅਤੇ ਹੋਰ ਤੁਹਾਨੂੰ ਕਿਸੇ ਚੀਜ਼ ਦੀ ਆਵਾਜ਼ ਨਹੀਂ ਸੁਣੀ ਤੁਹਾਨੂੰ। ਨਿੱਕੇ ਨਿੱਕੇ ਖੇਤ ਬਣੇ ਹੋਏ ਸਾਂ ਦੇ ਉੱਪਰ, ਅਤੇ ਜ਼ਿਆਦਾਤਰ ਥਾਵਾਂ ਦੇ ਉੱਪਰ ਮਟਰਾਂ ਦੀ ਖੇਤੀ ਕੀਤੀ ਜਾਂਦੀ ਹੈ ਤੁਹਾਨੂੰ। ਉਹ ਦੂਰ ਦੁਰਾਡੇ ਖੇਤਾਂ ਦੇ ਵਿੱਚ ਉੱਥੋਂ ਦੇ ਲੋਕ ਉਹ ਕੰਮ ਕਰੀ ਜਾਂਦੇ ਇਸ ਟਾਈਮ। ਅਤੇ ਹੁਣ ਅਸੀਂ ਵੀ ਇੱਥੋਂ ਕਰਦੇ ਹਾਂ ਮੂਵ ਆਉਣ, ਨਿਕਲਦੇ ਅੱਗੇ ਨੂੰ, ਦੇਖਦੇ ਕੀ ਮਾਹੌਲ ਬਣਦਾ ਵੀ। ਚੱਲੀ ਜਨਾਬ, ਚਲੋ ਜੀ, ਚਲੋ ਡਨ ਹੋ ਗਿਆ ਬੈਗ ਪੈਕ। ਯੈਸ ਸਰ, ਨੂੰ ਆਪਾਂ ਕੰਮ ਇਹੀ ਹੁੰਦਾ। ਚਲੋ ਨਿਕਲਦੇ ਹਾਂ ਅੱਗਾ ਵੀ ਪਿੰਨ ਵੈਲੀ। ਸੰਗਨਮ ਪਿੰਡ ਦੇ ਬਾਹਰ ਬੱਚੇ ਖੇਡਦੇ ਹੋਏ ਕ੍ਰਿਕਟ, ਅਤੇ ਆ ਬ੍ਰਿਜ ਪਾਰ ਕਰਕੇ ਅਸੀਂ ਪਹੁੰਚ ਜਾਵਾਂਗੇ ਪਿੰਨ ਵੈਲੀ ਨੈਸ਼ਨਲ ਪਾਰਕ ਦੀ ਤਰਫ। ਦੇਖਦੇ ਹਾਂ
ਕੀ ਮਾਹੌਲ ਬਣਦਾ ਤੇ ਕਿੱਥੋਂ ਜਾ ਸਕਦੇ ਹਾਂ ਅਸੀਂ ਵੀ। ਕਾਫੀ ਵੱਡਾ ਪੁੱਲ ਹੈ ਇਹ। ਤੇ ਨਦੀ ਵੀ ਕਾਫੀ ਵੱਡੀ ਹੈ। ਇਹ ਸੜਕ ਨਾ ਪਿੱਛੇ ਜਾਣਾ ਪਊ ਆਪਾਂ ਨੂੰ ਇਹ। ਅੱਛਾ ਜੀ, ਕਿੰਨੇ ਕਿਲੋਮੀਟਰ ਹੋ ਗਿਆ? 2 ਕਿਲੋਮੀਟਰ? 1 ਕਿਲੋਮੀਟਰ ਹੋਗਾ। ਅੱਗੇ ਤਾਂ ਪੈਦਲ ਹੈ, 10 ਮਿੰਟ ਦਾ ਰਸਤਾ ਅੱਗੇ ਪੈਦਲ ਵੀ। ਪਰ ਆਪ 3 ਲੋਕ ਹੀ ਕਸ਼ਮੀਰ ਕੇ, ਹੋਰ ਵੀ ਯਹਾਂ ਪੇ ਰਹਿਤੇ ਕਸ਼ਮੀਰ ਕੇ 3। ਖੁਦਾ ਖੈਰੀਅਤ ਰੱਖੇ, ਆਪਣੇ ਕੰਮ ਕਾਮਯਾਬ ਰਹੋ। ਸਰਦਾਰ ਜੀ ਨੂੰ ਪਿੱਛੇ ਮੋੜਨਾ ਆਪਾਂ ਨੇ, ਪਿੱਛੇ ਆਉਣਾ। ਹਾਂ, ਜਹਾਂ ਸੇ ਮੋੜ ਲੇਂਗੇ। ਥੈਂਕ ਯੂ ਭਾਈ, ਖੁਦਾ ਹਾਫਿਜ਼। ਇਹ ਉਹ ਮੋਟਰਸਾਈਕਲ ਨੇ ਜਿਹੜੇ ਕਿ ਨਾ ਪਿੰਨ ਵੈਲੀ ਨੈਸ਼ਨਲ ਪਾਰਕ ਦੇ ਵਿੱਚ ਪਹਿਲੀ ਵਾਰ ਪਹੁੰਚੇ ਨੇ। ਇਹ ਹੈ ਜੀ ਪਿੰਨ ਵੈਲੀ ਨੈਸ਼ਨਲ ਪਾਰਕ। ਇੱਕ ਆ ਵਾਟਰ ਕਰੋਸਿੰਗ ਇਸ ਥਾਂ 'ਤੇ, ਜਿੱਥੋਂ ਕਿ ਅੱਗੇ ਮੋਟਰਸਾਈਕਲ ਜਾ ਨਹੀਂ ਸਕਦੇ, ਕਿ ਪਾਰ ਕਰਨੀ ਪੋਸੀਬਲ ਨਹੀਂ ਹੈਗੀ ਇਹ, ਨਾ ਹੀ ਕੋਈ ਸਿਆਣਪ ਦਾ ਕੰਮ ਆ ਕੋਈ। ਅਤੇ ਇਸ ਤੋਂ ਅੱਗੇ ਟਰੈਕ ਸ਼ੁਰੂ ਹੋ ਜਾਂਦਾ ਪਿੰਨ ਵੈਲੀ ਨੈਸ਼ਨਲ ਪਾਰਕ ਜਾਣ ਦਾ ਵੀ। ਇਸ ਪਾਸੇ ਹੈਗੀ ਹੈ ਪਿੰਨ ਵੈਲੀ ਨੈਸ਼ਨਲ ਪਾਰਕ ਵੀ, ਰਾਸ਼ਟਰੀ ਪਾਰਕ ਇਸ ਵਕਤ ਇਸ ਪਾਸੇ ਬਣਿਆ ਹੋਇਆ, ਜਿੱਥੇ ਕਿ ਤੁਹਾਨੂੰ ਰਿੱਛ, ਭਾਲੂ, ਲੈਪੜ, ਹਿਰਨਾ ਅਤੇ ਹੋਰ ਪਰ ਕਿੰਨੇ ਤਰ੍ਹਾਂ ਦੇ ਜਾਨਵਰ ਤੁਹਾਨੂੰ ਜੋ ਹੈ ਇਸ ਨੈਸ਼ਨਲ ਪਾਰਕ 'ਚ ਦੇਖਣ ਨੂੰ ਮਿਲ ਜਾਣਗੇ ਵੀ। ਅਤੇ ਅਸੀਂ ਨਾ ਉਹ ਪੂਰਾ ਉੱਚਾ ਪਹਾੜ ਜਿੱਥੇ ਉਹ ਤੁਹਾਨੂੰ ਟਾਵਰ ਦਿਖਦਾ ਪਿਆ, ਇਸ ਟਾਵਰ ਕੋਲ ਦੀ ਬੜਾ ਗੰਦਾ ਹੈ ਰਾਹ ਸਿੱਕ, ਉੱਧਰ ਦੀ ਹੁੰਦੇ ਹੋਏ ਆਏ ਹਾਂ। ਅਤੇ ਪਿੰਡ ਹੈਗਾ ਕੀ, ਪਿੰਡ ਦਾ ਨਾਮ ਹੈ ਕੀ, ਉਸ ਪਿੰਡ ਕੋਲ ਆਏ ਹਾਂ ਅਸੀਂ ਇਸ ਟਾਈਮ ਪਿੰਡ ਵੈਲੀ ਦੇ ਵਿੱਚ। ਅਤੇ ਇਹ ਹੈਗਾ ਜੀ ਆਪਣਾ ਇਹ ਪਿੰਡ ਵੈਲੀ ਦਾ ਨੈਸ਼ਨਲ ਪਾਰਕ ਜੀ। ਤਕਰੀਬਨ 8 ਕਿਲੋਮੀਟਰ ਕਰਨ 'ਚ ਸਾਨੂੰ ਅੱਧਾ ਘੰਟਾ ਲੱਗਿਆ। ਪੂਰਾ ਰਸਤਾ ਬੜਾ ਗੰਦਾ ਸੀਗਾ, ਜਦੋਂ ਵਾਟਰ ਕਰੋਸਿੰਗ ਆਈਆਂ ਉੱਤਰ ਕੇ ਪਾਰ ਕਰਨੀਆਂ ਪਈਆਂ, ਪਰ ਪਹੁੰਚ ਗਏ ਸਥਾਨ ਦੇ ਉੱਪਰ ਵੀ। ਸਮਾਨ ਕਾਫੀ ਹੈ, ਟਰੈਕਿੰਗ ਦਾ ਸਮਾਨ ਸਾਡੇ ਕੋਲ ਹੈ ਨਹੀਂ ਗਾ, ਇਸ ਕਰਕੇ ਟਰੈਕਿੰਗ ਫੇਕ ਰਹੀ ਸਹੀ ਜੇ ਰੱਬ ਨੇ ਚਾਹਿਆ ਤਾਂ। ਤਾਂ ਇਹ ਹੈਗੀ ਪਿੰਨ ਵੈਲੀ ਨੈਸ਼ਨਲ ਪਾਰਕ ਵੀ, ਬਹੁਤ ਵੱਡਾ ਨੈਸ਼ਨਲ ਪਾਰਕ ਹੈ ਇਹ, ਕਾਫੀ ਵੱਡਾ ਜੀ ਸਥਾਨ ਹੈ। ਘੱਟੋ ਘੱਟ 16-17 ਕਿਲੋਮੀਟਰ ਟਰੈਕਿੰਗ ਹੈਗੀ ਇਸ ਸਥਾਨ ਦੇ ਉੱਪਰ, ਜਿਹੜੀ ਕਿ ਪ੍ਰੋਪਰ ਟਰੈਕਿੰਗ ਹੁੰਦੀ ਹੈ ਸਾਨੂੰ ਇੱਕ ਸਾਈਡ ਦੀ। ਹੁਣ ਅਸੀਂ ਕਰਾਂਗੇ ਅੱਗੇ ਨੂੰ ਮੂਵ ਆਉਣ ਜੀ, ਸਾਨੂੰ ਜਾਂਦੇ ਹਾਂ ਵਾਪਸ ਹੁਣ ਕੀ ਦੀ ਵੱਲ। ਕਾਜ਼ਾ ਦੀ ਤਰਫ ਪਿੰਨ ਵੈਲੀ ਨੈਸ਼ਨਲ ਪਾਰਕ ਦੇ ਬਾਹਰ ਬਾਹਰ ਇੱਕ ਵਾਟਰ ਕਰੋਸਿੰਗ ਬਣੀ ਹੋਈ ਹੈ, ਜਿਸ ਦੇ ਵਿੱਚ ਨਾ ਪਾਣੀ ਦਾ ਫਲੋ, ਪਾਣੀ ਦਾ ਪ੍ਰਵਾਹ ਬਹੁਤ ਜ਼ਿਆਦਾ ਹੈ। ਅਤੇ ਇਸ ਦੇ ਵਿੱਚ ਪਹਿਲਾਂ ਸਾਨੂੰ ਪੱਥਰ ਹਟਾਉਣੇ ਪਏ ਤਾਂ ਕਿ ਸਾਡੀ ਮੋਟਰਸਾਈਕਲ ਜੋ ਹੈ ਉਹ ਆਸਾਨੀ ਨਾਲ ਨਿਕਲ ਜਾਵੇ। ਪੱਥਰਾਂ ਨੂੰ ਹਟਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਆਪਣੇ ਸ਼ਵਿੰਦਰ ਬਾਈ ਦੀ ਮੋਟਰਸਾਈਕਲ ਗੱਡੀ ਧੱਕਾ ਲਾਉਣਾ ਪਿਆ, ਕਿਉਂਕਿ ਪਾਣੀ ਦਾ ਪ੍ਰਵਾਹ ਕਾਫੀ ਸੀ ਅਤੇ ਉੱਥੇ ਪੱਥਰਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਸੀ, ਵੱਡੇ ਵੱਡੇ ਪੱਥਰ ਸੀ। ਸ਼ਵਿੰਦਰ ਦੀ ਬਾਈਕ ਕੱਢਣ ਤੋਂ ਬਾਅਦ ਵਾਰੀ ਸੀ ਹੁਣ ਮੇਰੀ ਬਾਈਕ ਕੱਢਣ ਦੀ,
ਤਾਂ ਸਭ ਤੋਂ ਪਹਿਲਾਂ ਅਸੀਂ ਆਪਣੀ ਬਾਈਕ ਦੇ ਕੁਛ ਲਗਜ ਘਟਾਇਆ, ਬੈਗ ਫੜਾਏ ਦੂਸਰੀ ਸਾਈਡ 'ਤੇ, ਬਾਈਕ ਨੂੰ ਹਲਕਾ ਕੀਤਾ, ਅਤੇ ਉਸ ਤੋਂ ਬਾਅਦ ਆਪਣੀ ਬਾਈਕ ਨੂੰ ਵਾਟਰ ਕਰੋਸਿੰਗ ਦੇ ਵਿੱਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਆਰਾਮ ਨਾਲ ਵਾਟਰ ਕਰੋਸਿੰਗ 'ਚੋਂ ਕੱਢ ਕੇ ਲੈ ਗਏ। ਤਾਂ ਹੁਣ ਸਾਡਾ ਸਫ਼ਰ ਸੀ ਅਗਲਾ ਗਾਜ਼ਾ ਵੱਲ ਜਾਣ ਦਾ। ਗਾਜ਼ਾ ਇੱਥੋਂ ਤਕਰੀਬਨ ਕੋਈ 35-40 ਕਿਲੋਮੀਟਰ ਪੈਂਦਾ ਹੈ, ਅਤੇ ਸਾਨੂੰ ਉਮੀਦ ਆ ਕਿ ਅਸੀਂ ਘੱਟੋ ਘੱਟ 1.5-2 ਘੰਟਿਆਂ ਤੱਕ ਗਾਜ਼ਾ ਪਹੁੰਚ ਜਾਵਾਂਗੇ। ਅਤੇ ਰਸਤਾ ਸਾਰਾ ਇਸੇ ਤਰ੍ਹਾਂ ਦਾ ਹੀ ਹੈ ਗਾਜ਼ਾ ਵੱਲ ਜਾਣ ਦਾ, ਮੰਡ ਵਿਲੇਜ ਤੋਂ ਅਤੇ ਪਿੰਨ ਵੈਲੀ ਨੈਸ਼ਨਲ ਪਾਰਕ ਤੋਂ। ਪਿੰਨ ਵੈਲੀ ਦੇ ਸਭ ਤੋਂ ਛੋਟੇ ਪਿੰਡਾਂ ਦੇ ਇੱਕ ਪਿੰਡ ਵੀ, ਜਿਸਦਾ ਨਾਮ ਹੈ ਮਿੱਕਮ, ਪਾਪੂਲੇਸ਼ਨ 30, ਸਿਰਫ 30 ਬੰਦੇ ਰਹਿੰਦੇ ਸਾਂ ਦੇ ਵਿੱਚ, ਇੱਕ ਨਿੱਕਾ ਪਿੰਡ ਆ। ਆਪਣੇ ਨਾ ਇੱਧਰ ਢਾਣੀਆਂ ਦੇ ਵਿੱਚ ਵੱਧ ਲੋਕ ਰਹਿੰਦੇ ਆ, ਅਤੇ ਇਸ ਪਿੰਡ 'ਚ ਪਾਪੂਲੇਸ਼ਨ ਕਿੰਨੀ ਹੈ? 30। ਪਿੰਨ ਵੈਲੀ ਸਪੀਤੀ ਘਾਟੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਬਣੇ ਹੋਏ ਹਨ ਜਿਨ੍ਹਾਂ ਦੀ ਜਨਸੰਖਿਆ ਪਾਪੂਲੇਸ਼ਨ 100 ਤੋਂ ਵੀ ਘੱਟ ਹੈ, ਅਤੇ ਛੋਟੇ ਛੋਟੇ ਪਿੰਡ ਨੇ। ਜਿਸ ਤਰ੍ਹਾਂ ਨਾ ਆਪਣੇ ਪੰਜਾਬ ਦੇ ਵਿੱਚ ਢਾਣੀਆਂ ਹੁੰਦੀਆਂ ਨੇ, ਇਸ ਤਰ੍ਹਾਂ ਢਾਣੀਆਂ ਬਣੀਆਂ ਹੋਈਆਂ ਨੇ, ਅਤੇ ਉਹਨਾਂ ਨੇ ਇਸ ਨਾਲ ਢਾਣੀਆਂ ਨੂੰ ਪਿੰਡਾਂ ਵਿੱਚ ਬਦਲਿਆ ਹੋਇਆ। ਅਤੇ ਇਹ ਉਹ ਰਾਹ ਨੇ ਜਿੱਥੋਂ ਦੀ ਅਸੀਂ ਕੱਲ੍ਹ ਮੱਡ ਵਿਲੇਜ ਪਹੁੰਚੇ ਸੀਗੇ, ਅਤੇ ਉਹਨਾਂ ਰਾਹਾਂ ਰਾਹੀਂ ਹੀ ਵਾਪਸ ਅਸੀਂ ਹੁਣ ਗਾਜ਼ਾ ਦੀ ਤਰਫ ਜਾ ਰਹੇ ਹਾਂ। ਲਗਭਗ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਹੀ ਹੈ, ਇੱਕ ਪਾਸੇ ਤੁਹਾਡੇ ਪਿੰਨ ਨਦੀ ਵਹਿੰਦੀ ਹੋਵੇਗੀ ਅਤੇ ਦੂਜੇ ਪਾਸੇ ਕੱਚੇ ਪਹਾੜ ਹੋਣਗੇ। ਅਤੇ ਇਹ ਕੁਦਰਤੀ ਦ੍ਰਿਸ਼ ਹਰ ਇੱਕ ਨੂੰ ਮਨ ਮੋਹ ਲੈਂਦੇ ਨੇ ਜੋ ਤੁਸੀਂ ਇਹਨਾਂ ਕੱਚੇ ਪਹਾੜਾਂ ਦੇ ਨਾਲ ਨਾਲ ਜਾਂਦੇ ਹੋ। ਇਸ ਵਕਤ ਅਸੀਂ ਗਾਜ਼ਾ ਤੋਂ ਤਕਰੀਬਨ ਕੋਈ 15-20 ਕਿਲੋਮੀਟਰ ਪਿੱਛੇ ਹੋਵਾਂਗੇ, ਅਤੇ ਗਾਜ਼ਾ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਆਪਣੀ ਮੋਟਰਸਾਈਕਲ ਦੇ ਵਿੱਚ ਪੈਟਰੋਲ ਪਾਵਾਂਗੇ, ਕਿਉਂਕਿ ਗਾਜ਼ਾ ਦੇ ਵਿੱਚ ਸਿਰਫ ਇੱਕ ਹੀ ਪੈਟਰੋਲ ਪੰਪ ਹੈ ਜਿਸਦੇ ਉੱਪਰ ਕੁਛ ਨਿਸ਼ਚਿਤ ਟਾਈਮ ਦੇ ਉੱਪਰ, ਲਿਮਿਟਡ ਟਾਈਮ ਦੇ ਉੱਪਰ ਹੀ ਤੇਲ ਮਿਲਦਾ ਹੈ। ਅਤੇ ਸਾਨੂੰ ਲੱਗਦਾ ਕਿ ਜਿਸ ਟਾਈਮ ਅਸੀਂ ਉੱਥੇ ਪਹੁੰਚਾਂਗੇ ਅਸੀਂ ਉੱਥੇ ਜਾ ਕੇ ਪੂਰੀਆਂ ਲਾਈਨਾਂ ਦੇ ਵਿੱਚ ਲੱਗੇ ਹੋਵਾਂਗੇ। ਤਾਂ ਸਭ ਤੋਂ ਪਹਿਲਾਂ ਸਾਡਾ ਕੰਮ ਪੈਟਰੋਲ ਪਵਾਉਣ ਦਾ ਹੋਵੇਗਾ, ਅਤੇ ਉਸ ਤੋਂ ਬਾਅਦ ਜਾ ਕੇ ਆਪਣਾ ਰਹਿਣ ਦਾ। ਗਾਜ਼ਾ ਪਹੁੰਚ ਗਏ, ਅਤੇ ਪੂਰੇ ਨਾ ਗਾਜ਼ਾ ਦੇ ਵਿੱਚ ਸਿਰਫ ਇੱਕੋ ਹੀ ਪੈਟਰੋਲ ਪੰਪ ਹੈ, ਅਤੇ ਸਾਨੂੰ ਉੱਥੇ ਖੜਿਆਂ ਨੂੰ ਘੱਟੋ ਘੱਟ 1.5 ਘੰਟਾ ਹੋ ਗਿਆ ਵੀ, ਲਾਈਨ ਪੂਰੀ ਲੰਬੀ ਵੀ। ਜਦੋਂ ਵੀ ਗਾਜ਼ਾ ਆਉਂਗੇ ਨਾ, ਇਸ ਸਿਚੁਏਸ਼ਨ ਲਈ ਆਪਦੇ ਆਪ ਨੂੰ ਤਿਆਰ ਰੱਖਿਓ ਵੀ ਕਿ ਤੁਹਾਨੂੰ ਉੱਥੇ ਪੈਟਰੋਲ ਵਾਸਤੇ ਵੇਟ ਕਰਨੀ ਪੈ ਸਕਦੀ ਹੈ। ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਵੀ ਗਾਜ਼ਾ ਅਤੇ ਪੈਟਰੋਲ ਪੰਪ ਦੇ ਉੱਪਰ ਵੀ। ਜਾਣਾ ਸੀ ਕੱਲ੍ਹ ਨੂੰ ਹੈ, ਪਰ ਟੈਂਕੀਆਂ ਅੱਜ ਹੀ ਫੁੱਲ ਕਰਾਵਾਂਗੇ ਵੀ, ਤਾਂ ਕਿ ਸਵੇਰੇ ਫਿਰ ਨਾ ਇਸ ਤਰ੍ਹਾਂ ਵੇਟ ਕਰਨੀ ਪਵੇ। ਗਾਜ਼ਾ, ਵੈਲਕਮ ਟੂ ਗਾਜ਼ਾ। ਗਾਜ਼ਾ ਦੇ ਵਿੱਚ ਇਸ ਵਕਤ ਟੂਰਿਸਟ ਸੀਜ਼ਨ ਹੋਣ ਕਰਕੇ ਕਾਫੀ ਜ਼ਿਆਦਾ ਰਸ਼ ਸੀ, ਅਤੇ ਹੋਟਲ ਵੀ ਬਹੁਤ ਜ਼ਿਆਦਾ ਮਹਿੰਗੇ ਮਿਲ ਰਹੇ ਸਨ, ਜਿਸ ਕਰਕੇ ਅਸੀਂ ਦੋਵਾਂ ਨੇ ਫੈਸਲਾ ਕੀਤਾ ਕਿ ਅਸੀਂ ਗਾਜ਼ਾ ਤੋਂ ਤਕਰੀਬਨ 4-5 ਕਿਲੋਮੀਟਰ ਬਾਹਰ ਜਾ ਕੇ ਰਹਿੰਦੇ ਹਾਂ, ਅਤੇ ਕਿਸੇ ਸੋਹਣੀ ਥਾਂ 'ਤੇ ਜਾ ਕੇ ਕਿਸੇ ਪਿੰਡ ਦੇ ਵਿੱਚ ਆ ਕੇ ਆਪਣੇ ਟੈਂਟ ਲਗਾਉਂਦੇ ਹਾਂ। ਸਪੀਤੀ ਵੈਲੀ ਦੇ ਵਿੱਚ ਮਟਰਾਂ ਦੇ ਖੇਤ, ਅਤੇ ਉਹਨਾਂ ਖੇਤਾਂ ਦੇ ਵਿੱਚ ਪਹੁੰਚ ਗਏ ਅਸੀਂ ਵੀ। ਬਹੁਤ ਵਧੀਆ ਤਜਰਬਾ ਰਿਹਾ ਅੱਜ ਪਿੰਨ ਵੈਲੀ ਦਾ, ਨੈਸ਼ਨਲ ਪਾਰਕ ਵਾਲੇ ਪਾਸੇ ਗਏ, ਅਤੇ ਲਗਭਗ ਇੱਕ ਦਿਨ ਸਾਨੂੰ ਪੂਰਾ ਲੱਗ ਗਿਆ ਇੱਥੋਂ ਨੇ। ਅਤੇ ਅਸੀਂ ਹੁਣ ਪਹੁੰਚੇ ਹਾਂ ਗਾਜ਼ਾ ਦੇ ਕੋਲ ਨੇੜੇ,
ਕਰ ਦਾਂਗੇ ਅਸੀਂ ਪਹਿਲਾਂ ਪੰਪ ਦੇ ਉੱਪਰ ਤੇਲ ਪਵਾਇਆ, ਕਾਫੀ ਰਸ ਸੀ ਉੱਥੇ, ਸ਼ਹਿਰ ਕਾਫੀ ਮਹਿੰਗਾ ਹੋਇਆ ਪਿਆ ਇਸ ਟਾਈਮ ਕਿਉਂਕਿ ਉੱਥੇ ਰਹਿਣ ਨੂੰ ਥਾਂ ਨਹੀਂ ਗੀ, ਨਿੱਕਾ ਨਿੱਕਾ ਕਮਰਾ ਹੈ ਨਾ ਇਸ ਟਾਈਮ 1500-2000 ਰੁਪਏ ਦਾ ਮਿਲਦਾ ਪਿਆ। ਤਾਂ ਅਸੀਂ ਥੋੜ੍ਹਾ 4-5 ਕਿਲੋਮੀਟਰ ਪਿੱਛੇ ਆ ਗਏ ਅਤੇ ਇਸ ਥਾਂ 'ਤੇ ਆ ਕੇ ਆਪਣੇ ਟੈਂਟ ਲਗਾ ਲਏ ਜੀ। 5 ਕਿਲੋਮੀਟਰ ਪਹਿਲਾਂ ਕਿ ਥਾਂ ਪੈਂਦੀ ਹੈ, ਤੁਹਾਨੂੰ ਦਿਖਾਵਾਂਗੇ ਥਾਂ ਕਿਹੜੀ ਆ ਸਵੇਰੇ ਉਹ, ਅਤੇ ਉਸ ਥਾਂ ਪਰ ਅਸੀਂ ਕੈਂਪਿੰਗ ਕਰ ਲਈ ਆਪਣੀ ਵੀ। ਹੁਣ ਅਗਲੇ 2 ਦਿਨ ਸਾਡੇ ਘਰ ਬਾਰ ਅਸੀਂ ਰਹਿਣਗੇ ਇੱਥੇ ਨਾ, ਆਹ ਮਾਹੌਲ ਆ ਵੀ ਇੱਥੋਂ ਦਾ ਵੀ। ਸ਼ਾਮ ਦੇ ਤਕਰੀਬਨ 6:30 ਹੋ ਚੁੱਕੇ ਆ ਵੀ, ਧੁੱਪ ਪੂਰੀ ਖੜੀ ਹੋਈ ਇੱਥੇ। ਆਹ ਹੋਮ ਸਟੇ ਹੈ, ਬਾਈ ਜੀ ਤੋਂ ਲੈ ਕੇ ਪਰਮਿਸ਼ਨ ਆ, ਉਹਨਾਂ ਨੇ ਥਾਂ ਅਸੀਂ ਲੀਜ਼ 'ਤੇ ਲੈ ਲਈ 2 ਦਿਨਾਂ ਵਾਸਤੇ। ਤਾਂ ਜੀ ਫਿਰ ਆਹ ਅੱਜ ਦਾ ਮਾਹੌਲ ਹੈ, ਹੁਣ ਜਾਵਾਂਗੇ ਮਾਰਕੀਟ ਤੱਕ, ਤੁਹਾਨੂੰ ਦਿਖਾਵਾਂਗੇ ਮਾਰਕੀਟ ਅਗਲੇ ਵਲੋਗ ਦੇ ਵਿੱਚ, ਕਿਉਂਕਿ ਉਸ ਤੁਹਾਨੂੰ ਟਾਈਮ ਤੱਕ ਹਨੇਰਾ ਹੋ ਜੂਗਾ। ਤਾਂ ਮਿਲਦੇ ਹਾਂ ਅਗਲੇ ਪਾਰਟ ਦੇ ਵਿੱਚ, ਐਪੀਸੋਡ ਦੇ ਵਿੱਚ। ਟਿਲ ਦੈਨ ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ, ਜ਼ਿੰਦਗੀਆਂ ਮਾਨੋ ਆਪਦੀ, ਇਹੀ ਜ਼ਿੰਦਗੀ ਹੁੰਦੀ ਹੈ ਵੀ ਤੁਹਾਨੂੰ, ਜ਼ਿੰਦਗੀ ਜਿੰਦਾਬਾਦ।